दुनिया विच ड्रग विरोधी दिवस मनाया जा रहा है। इस लड़ी दे तहत नशे दे प्रति जागरूक करन लई देश विच प्रांता विच अते जिला लेवल ते बहुत सारे काम किए जा रहे ने। इस दे नाल ही जिला होशियारपुर दी मॉडल टाउन पुलिस अते ह्यूमन राइट ऑर्गेनाइजेशन ने भी ए समागम होशियारपुर दे सिविल हस्पताल विच बने नशा छुड़ाओ केंद्र विच शुरू कीता है। ਇਹ ਜੋ ਅੱਜ ਦਾ ਦਿਨ ਹੈ 26 ਜੂਨ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਿਊਜ਼ ਦਾ ਦਿਨ ਹੈ। ਇਹ ਵਿਸ਼ਵ ਭਰ ਦੇ ਵਿੱਚ ਮਨਾਇਆ ਜਾਂਦਾ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਹੈ ਅਵੇਅਰਨੈਸ, ਪਬਲਿਕ ਨੂੰ ਅਵੇਅਰਨੈਸ ਹੈ। ਫਿਰ ਦੂਜੇ ਨੰਬਰ 'ਤੇ ਇਹ ਹੈ ਜਿਹੜੇ ਬੱਚੇ ਕੋਈ ਇਸ ਨਸ਼ਿਆਂ ਦੀ ਗਲਤਾਨ ਦੇ ਵਿੱਚ ਫਸ ਗਏ ਸੀ, ਉਹਨਾਂ ਨੂੰ ਕਿਸ ਤਰ੍ਹਾਂ ਮੋਟੀਵੇਟ ਕਰਨਾ ਹੈ, ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਦੁਬਾਰਾ ਫਿਰ ਉਹਨਾਂ ਦੀ ਜੀਵਨ ਜਿਹੜੀ ਪੱਟੀ 'ਤੇ ਲਿਆਉਣਾ ਹੈ। ਅਤੇ ਉਸ ਉਪਰਾਲੇ ਨਾਲ ਜਿਹੜਾ ਜੀ ਸਾਡੇ ਮਨ 'ਚ ਖਿਆਲ ਆਇਆ ਵੀ ਹੋਰ ਸੈਂਟਰ ਦੇ ਵਿੱਚ ਕਈ ਬੱਚੇ ਜਿਹੜੇ ਆ ਗਲਤ ਕਰਾਹੇ ਪਹਿਲਾਂ ਪੈ ਗਏ ਸੀ, ਪਰ ਆਪਣੀ ਮਨ ਦੀ ਮਾਨਸਿਕਤਾ ਦੇ ਨਾਲ ਸਹੀ ਦਿਸ਼ਾ ਵੱਲ ਆ ਰਹੇ ਹਨ। ਅਤੇ ਉਹ ਬੱਚਿਆਂ ਦੇ ਨਾਲ ਅਸੀਂ ਅੱਜ ਸਾਂਝ ਪਾਈ ਹੈ, ਉਹਨਾਂ ਬੱਚਿਆਂ ਨੂੰ ਮੋਟੀਵੇਟ ਕੀਤਾ ਹੈ ਅਤੇ ਉਹਨਾਂ ਨੂੰ ਥੋੜ੍ਹੀ ਬਹੁਤੀ ਰਿਫਰੈਸ਼ਮੈਂਟ ਵੀ ਵੰਡੀ ਹੈ ਕਿ ਉਹਨਾਂ ਨੂੰ ਮੈਸੇਜ ਦੇ ਕੇ ਹੋਰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਪ੍ਰੇਰਿਤ ਕੀਤਾ ਹੈ। ਜੋ ਅੱਜ ਦਾ ਦਿਨ ਹੈ ਇਹ ਵਿਸ਼ਵ ਭਰ ਵਿੱਚ ਡਰੱਗ ਅਗੇਂਸਟ ਅਬਿਊਜ਼ ਦੇ ਨਾਂ 'ਤੇ ਮਨਾਇਆ ਜਾਂਦਾ ਹੈ। ਹਾਂਜੀ, ਮੈਂ ਚੇਅਰਮੈਨ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਡਿਸਟ੍ਰਿਕਟ ਹੁਸ਼ਿਆਰਪੁਰ। ਅਸੀਂ ਅੱਜ ਸਿਵਲ ਹੋਸਪਿਟਲ 'ਚ ਆਏ ਸੀਗੇ, ਜੋ ਵੀ ਡਰੱਗ ਐਡਿਕਟ ਬੱਚੇ ਹੈਗੇ ਆ ਉਹਨਾਂ ਨੂੰ ਐਪਰੀਸ਼ੀਏਸ਼ਨ ਕਰਨ ਅਤੇ ਉਹਨਾਂ ਨੂੰ ਸਮਝਾਉਣ ਵਾਸਤੇ, ਕਿਉਂਕਿ ਅੱਜ ਡਰੱਗ ਡੇ ਹੈਗਾ ਕਿ ਇਹ ਆਪਣੀ ਅਗਲੀ ਲਾਈਫ ਨੂੰ ਬਹੁਤ ਅੱਛੇ ਤਰੀਕੇ ਨਾਲ ਜੀਣ, ਉਸ ਵਾਸਤੇ ਇਹਨਾਂ ਨੂੰ ਅਸੀਂ ਟ੍ਰੀਟ ਵੀ ਦਿੱਤੀ ਹੈਗੀ ਆ। ਅਤੇ SHO ਸਾਹਿਬ ਮੋਡਲ ਟਾਊਨ ਜੋ ਹੈਗੇ ਆ ਉਹਨਾਂ ਵੱਲੋਂ ਇਹਨਾਂ ਨੂੰ ਸਮਝਾਇਆ ਜਾ ਰਿਹਾ ਪ੍ਰੋਪਰ ਤਰੀਕੇ ਨਾਲ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਰਹਿਣਾ, ਔਰ ਅੱਜ ਦੇ ਦਿਨ ਦਾ ਜੋ ਮਹੱਤਵ ਹੈਗਾ ਡਰੱਗ ਡੇ ਦਾ, ਉਹਦੇ ਬਾਰੇ ਵੀ ਇਹਨਾਂ ਨੂੰ ਪ੍ਰੋਪਰ ਜਾਣਕਾਰੀ ਦਿੱਤੀ ਹੈਗੀ ਆ, ਜਿਹਦੇ ਨਾਲ ਕਿ ਬਹੁਤ ਜ਼ਿਆਦਾ ਅਵੇਅਰੈਂਸ ਇਹਨਾਂ ਦੇ ਵਿੱਚ ਆਵੇ ਅਤੇ ਆਪਣੀ ਲਾਈਫ ਨੂੰ ਬਹੁਤ ਅੱਛੇ ਤਰੀਕੇ ਨਾਲ ਜੀ ਸਕਣ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ, ਲਾਈਵ ਭਾਰਤ।